ਮੇਰਾ ਘਰ 3 ਸਾਲ ਹੋਏ ਮਰੇ ਨੂੰ ਤੇ ਮੈਂ ਮੇਰਾ ਬੱਚਾ ਪਾ ਕੇ ਜਮਾਂਦਰ ਚ ਪਾ ਕੇ ਮੇਰਾ ਬੱਚਾ ਨਾ ਮੇਰਾ ਬੱਚਾ ਚੱਲਦਾ ਨਾ ਕੁਛ ਮੈਂ ਕਹਿੰਦਾ ਮੇਰਾ ਬੱਚਾ ਚੱਲ ਮੇਰੇ ਬੱਚੇ ਨੂੰ ਚੱਲ ਮਿਲ ਜੇ ਇਹ ਵਿਚਾਰੇ ਵਿਕਰਮ ਰਤਨ ਨੇ ਪੈਨਸ਼ਨ ਲਾਈਏ ਮੇਰੇ ਬੱਚੇ ਦੀ ਕਿੰਨਾ ਚੱਲ ਨਹੀਂ ਸਕਦਾ ਐਫ ਬਣ ਜਾਏ ਕਹਿੰਦੀ ਜਿਹਨੇ ਮੇਰੀ ਬੱਚੇ ਦੀ ਪੈਨਸ਼ਨ ਲਵਾਈ ਦੀ ਉਹਦਾ ਮੈਂ ਖੁਦਾ ਬੜਾ ਸ਼ੁਕਰਗੁਜ਼ਾਰੀ ਕਰਦੀ ਹੈ ਮੈਂ ਕੰਮ ਕਾਜ ਵੀ ਨਹੀਂ ਕਰ ਸਕਦੀ ਹੈ ਮੈਂ ਦਿਹਾੜੀਆਂ ਲਗਾਉਂਦੀ ਹਾਂ ਗਰੀਬਾਂ ਵਾਸਤੇ ਕਰੇ ਕਰਦੇ ਨੇ ਉਹਨਾਂ ਕਬਰਸਤਾਨ ਵੀ ਠੀਕ ਕੀਤਾ ਗਲੀਆਂ ਹੀ ਬਣਾਈਆਂ ਨੇ ਸਾਰੇ ਉਹਨਾਂ ਨੂੰ ਵੋਟ ਪਾਉਣਾ ਚਾਹੀਦਾ ਵੇ ਬੜੇ ਬੜੇ ਨੇਤਾ ਦੇਖੇ ਲੇਕਿਨ ਵਿਕਰਮ ਮਲਹੋਤਰਾ ਜੈਸਾ ਨਹੀਂ 20 ਦਸੰਬਰ ਕੋ ਜੰਮੂ ਈਸਟ ਕੇ ਕਾਂਗਰਸ ਕੇ ਉਮੀਦਵਾਰ ਵਿਕਰਮ ਮਲਹੋਤਰਾ ਕੋ ਹੀ ਵੋਟ ਕੀਜੀਏ।